ਬਰਤਾਨੀਆ ਵਿੱਚ ਵਸਦੇ ਸਿੱਖ ਪਾਇਚਾਰੇ ਦੇ ਵਿੱਚ ਉਥੋਂ ਦੀ ਪੁਲਿਸ ਪ੍ਰਤੀ ਕੁੜੱਤਨ ਇੱਕ ਵਾਰ ਫਿਰ ਦੇਖਣ ਨੂੰ ਮਿਲੀ ਹੈ। ਬੀਤੇ ਦਿਨ ਜਦੋਂ ਬਰਤਾਨੀਆ ਦੇ ਲੈਸਟਰ ਸਥਿਤ ਗੁਰੂ ਘਰ ਵਿੱਚ ਵਿਸਾਖੀ ਮੌਕੇ ਕਰਵਾਏ ਗਏ ਸਮਾਗਮ ਅਤੇ ਦਰਬੀ ਵਿੱਚ ਵਿਸਾਖੀ ਮੌਕੇ ਸਜਾਏ ਗਏ ਨਗਰ ਕੀਰਤਨ ਦੌਰਾਨ ਸਥਾਨਕ ਸਿੱਖਾਂ ਦੇ ਇੱਕ ਗਰੁੱਪ ਦੇ ਵੱਲੋਂ ਬਰਤਾਨਵੀ ਪੁਲਿਸ ਦੀ ਉੱਥੇ ਮੌਜੂਦਗੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਮਲਾਜ਼ਮਾਂ ਨੂੰ ਇੱਕ ਹਿੰਦ ਹੋਏ ਉਥੋਂ ਜਾਣ ਦੇ ਲਈ ਮਜਬੂਰ ਕੀਤਾ ਗਿਆ ਕਿ ਬਰਤਾਨਵੀ ਪੁਲਿਸ ਤੇ ਅਧਿਕਾਰੀਆਂ ਦੀ ਸਿੱਖਾਂ ਦੇ ਇਲਾਕੇ ਵਿੱਚ ਮੌਜੂਦਗੀ ਬਰਦਾਸ਼ਤ ਨਹੀਂ ਹੈ। ਦਰਸਲ ਲੈਸਟਰ ਸਥਿਤ ਗੁਰੂ ਨਾਨਕ ਗ ਸਮਾਗਮ ਦੌਰਾਨ ਪੁਲਿਸ ਵੱਲੋਂ ਭਰਤੀ ਸੰਬੰਧੀ ਸਟਾਲ ਲਗਾਇਆ ਹੋਇਆ ਸੀ ਇਸ ਦੌਰਾਨ ਇੱਕ ਸਿੱਖ ਪੁਲਿਸ ਇੰਸਪੈਕਟਰ ਅਤੇ ਦੋ ਮਹਿਲਾ ਪੁਲਿਸ ਮੁਲਾਜ਼ਮ ਸ਼ਾਮਲ ਸਨ ਜਿਨ੍ਹਾਂ ਨੂੰ ਕੁਝ ਸਿੱਖਾਂ ਦੇ ਵੱਲੋਂ ਉੱਥੋਂ ਜਾਣ ਦੇ ਲਈ ਕਿਹਾ ਇਸੇ ਤਰ੍ਹਾਂ ਲੰਘੇ ਐਤਵਾਰ ਨੂੰ ਜਦੋਂ ਡਰਬੀ ਵਿੱਚ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ ਤੋਂ ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ ਗਿਆ ਤਾਂ ਸਿੱਖ ਭਾਈਚਾਰੇ ਦੇ ਇੱਕ ਸਮੂਹ ਦੇ ਕਾਰਕੁਨਾਂ ਵੱਲੋਂ ਪੁਲਿਸ ਸਤਕਾਰੀਆਂ ਨੂੰ ਪੁਲਿਸ ਫੋਰਸ ਵਿੱਚ ਭਰਤੀ ਸੰਬੰਧੀ ਸਟਾਲ ਲਗਾਉਣ ਤੋਂ ਰੋਕ ਦਿੱਤਾ ਪੁਲਿਸ ਸਤਕਾਰੀਆਂ ਦਾ ਇਹ ਵਿਰੋਧ ਰੇਡ ਯੂਕੇ.org ਦੇ ਕਾਰਕੁਨਾਂ ਵੱਲੋਂ ਕੀਤਾ ਗਿਆ ਇਹ ਸੰਸਥਾ ਬ ਸਮੇਤ ਹੋਰ ਨਾ ਦੇਸ਼ਾਂ ਵਿੱਚ ਹੁੰਦੇ ਸਿੱਖਾਂ ਦੇ ਖਿਲਾਫ ਅਨਮਨੁੱਖੀ ਵਰਤਾਰੇ ਤੇ ਉਹਨਾਂ ਦੇ ਮਨੁੱਖੀ ਹੱਕਾਂ ਦੇ ਕਾਂਦਾ ਦਾਵਾ ਕਰਦੀ ਹੈ ਇਸ ਤੋਂ ਇਲਾਵਾ ਇਸ ਵਿਰੋਧ ਦੇ ਵਿੱਚ ਸਿੱਖ ਯੂਥ ਯੂਕੇ ਅਤੇ ਕਈ ਹੋਰ ਜਥੇਬੰਦੀਆਂ ਦੇ ਕਾਰਕੁਨ ਵੀ ਸ਼ਾਮਲ ਸਨ ਇਸ ਮੌਕੇ ਤੇ ਸਿੱਖ ਯੂਥ ਯੂਕੇ ਦੀ ਵਲੰਟੀਅਰ ਦੀਪਾ ਸਿੰਘ ਨੇ ਦੱਸਿਆ ਕਿ ਦੇਸ਼ ਵਿੱਚ ਪੁਲਿਸ ਅਧਿਕਾਰੀਆਂ ਦੀ ਸਿੱਖ ਪਾਈਚਾਰੇ ਵਿੱਚ ਪਾਬੰਦੀ ਦਾ ਫੈਸਲਾ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਉਸ ਸਮੇਂ ਲਿਆ ਗਿਆ ਸੀ ਜਦੋਂ ਸਤੰਬਰ 2018 ਵਿੱਚ ਪੁਲਿਸ ਨੇ ਪੰਜ ਸਿੱਖ ਪਰਿਵਾਰਾਂ ਦੇ ਘਰ ਬਿਨਾਂ ਵਜਾ ਛਾਪੇਮਾਰੀ ਕੀਤੀ ਸੀ ਅਤੇ دہشتਵਾਦ ਦੇ ਨਾਂ ਤੇ ਉਹਨਾਂ ਨੂੰ ਡਰਾਇਆ ਸੀ ਅਤੇ ਉਹਨਾਂ ਨੇ ਦਾਵਾ ਜੋਲ ਦੇ ਬਰਤਾਨੀਆਂ ਵਾਪਸੀ ਤੱਕ ਜਾਰੀ ਰਹੇਗੀ ਉਹਨਾਂ ਦਾਅਵਾ ਕਰਦੇ ਦੱਸਿਆ ਕਿ ਪੁਲਿਸ ਵੱਲੋਂ ਸਥਾਨਕ ਸਿੱਖਾਂ ਨੂੰ ਭਾਰਤੀ ਏਜੰਸੀਆਂ ਦੇ ਕਹਿਣ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਦੀਪਾ ਸਿੰਘ ਨੇ ਦੱਸਿਆ ਕਿ ਬਰਤਾਨਵੀ ਸਿੱਖ ਪੁਲਿਸ ਤੋਂ ਇਸ ਗੱਲ ਤੋਂ ਖਫਾ ਹਨ ਕਿ ਇਹ ਪੁਲਿਸ ਕਥਿਤ ਤੌਰ ਤੇ ਭਾਰਤ ਸਰਕਾਰ ਦੇ ਕਹਿਣ ਤੇ ਬਰਤਾਨੀਆਂ ਵਿੱਚ ਰਹਿੰਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਇਸ ਦੌਰਾਨ ਸਿੱਖ ਭਾਈਚਾਰੇ ਦੇ ਵੱਡੇ ਹਿੱਸੇ ਨੇ ਗੁਰਦੁਆਰਾ ਸਿੰਘ ਸਹਿਬਾਨ ਦੇ ਵਿੱਚ ਪੁਲਿਸ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨਾ ਕਹਿਣ ਦਾ ਫੈਸਲਾ ਕੀਤਾ ਹੈ ਭਾਵੇਂ ਕਿ ਨਿੱਜੀ ਹیثیت ਦੇ ਵਿੱਚ ਹਰ ਕੋਈ ਗੁਰਦੁਆਰਾ ਸਾਹਿਬ ਆ ਸਕਦਾ ਹੈ ਗੌਰਤਲਬ ਹੈ ਕਿ ਬਰਤਾਨੀਆਂ ਵਿੱਚ ਗ ਨਹੀਂ ਹੈ ਇਸ ਤੋਂ ਪਹਿਲਾਂ ਬੰਦੀ ਛੋੜ ਦਿਹਾੜੇ ਮੌਕੇ ਪਿਛਲੇ ਸਾਲ ਵੈਸਟ ਮਿਡਲੈਂਡ ਪੁਲਿਸ ਦੇ ਨੁਮਾਇੰਦਿਆਂ ਦੇ ਤੌਰ ਤੇ ਗੁਰਦੁਆਰਾ ਸਹਿਬ 'ਚ ਸਰਗਰਮੀ ਕਰਨ ਵਾਲਿਆਂ ਨੂੰ ਬਾਹਰਦਾਰਾ ਵਖਾ ਦਿੱਤਾ ਸੀ ਬੰਦੀ ਛੋੜ ਦਿਹਾੜੇ ਮੌਕੇ ਕੋਲਡਮੋਰ ਵਾਲਸਾਲ ਦੇ ਗੁਰਨਾਨਕ ਗੁਰਦੁਆਰਾ ਸਹਿਬ ਵਿਖੇ ਵੈਸਟ ਮਿਡਲੈਂਡ ਪੁਲਿਸ ਵੱਲੋਂ ਮੇਜ਼ ਲਗਾਇਆ ਗਿਆ ਸੀ ਅਤੇ ਕਿਹਾ ਜਾ ਰਿਹਾ ਸੀ ਕਿ ਇਸ ਟਾਲ ਦੇ ਜ਼ਰੀਏ ਉਹ ਸਿੱਖਾਂ ਦੇ ਨਾਲ ਰابطਾ ਕਾਇਮ ਕਰਕੇ ਉਹਨਾਂ ਨੂੰ ਪੁਲਿਸ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਦੇ ਰਹੇ ਹਨ ਪਰ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਉਸ ਸਮੇਂ ਸਿੱਖ ਨੌਜਵਾਨਾਂ ਨੇ ਪੁਲਿਸ ਵਾਲਿਆਂ ਨੂੰ ਕਿਹਾ ਸੀ ਕਿ ਤੁਹਾਡਾ ਅਸਲ ਮਕਸਦ ਭਾਰ ਅਹ ਦੱਸ ਦਿਆ ਕਿ ਸਕੌਲੈਂਡ ਵਾਸੀ ਜ਼ਿਲ੍ਹਾ ਜਲੰਧਰ ਦੇ ਕਸਬਾ ਜਨਰੇਾਲਾ ਮੰਜਕੀ ਨਾਲ ਸੰਬੰਧਿਤ ਜਗਤਾਰ ਸਿੰਘ ਉਰਫ ਜੱਗੀ ਜੋਲ ਇੰਗਲੈਂਡ ਤੋਂ ਵਿਆਹ ਕਰਵਾਉਣ ਦੇ ਲਈ 2 ਅਕਤੂਬਰ ਨੂੰ ਪੰਜਾਬ ਆਇਆ ਹੋਇਆ ਸੀ ਜਿਸ ਨੂੰ ਪੰਜਾਬ ਪੁਲਿਸ ਨੇ ਆਰਐਸਐਸ ਦੇ ਕਥਿਤ ਧਾਰਮਿਕ ਆਗੂਆਂ ਦੇ ਕਤਲ ਮਾਮਲੇ ਵਿੱਚ 4 ਨਵੰਬਰ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਬਰਤਾਨੀਆਂ ਵਿੱਚ ਜੱਗੀ ਜੋਲ ਦੇ ਪਰਿਵਾਰ ਸਮੇਤ ਸਮੂਹ ਪਾਈਚਾਰੇ ਵੱਲੋਂ ਉਸ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਪਰ ਜੱਗੀ ਜੋਲ ਦੇ ਕਥਿਤ ਖੁਲਾਸਿਆਂ ਦੇ ਬਹਾਨੇ ਬਰਤਾਨੀਆਂ ਦੇ ਵਿੱਚ ਸਿੱਖਾਂ ਨੂੰ ਸਥਾਨਕ ਪੁਲਿਸ ਵੱਲੋਂ ਜੋ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਤੋਂ ਬਰਤਾਨਵੀ ਸਿੱਖ ਪਾਈਚਾਰਾ ਕਾਫੀ ਔਖਾ ਹੈ ਅਤੇ ਬਰਤਾਨਵੀ ਪੁਲਿਸ ਤੇ ਭਾਰਤ ਸਰਕਾਰ ਦੇ ਇਸ਼ਾਰੇ ਤੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਇਲਜ਼ਾਮ ਲਗਾ ਰਹੇ ਹਨ ਸੋ ਇਸੇ ਕਰਕੇ ਸਿੱਖ ਪਾਈਚਾਰੇ ਦੇ ਵੱਲੋਂ ਉਹਨਾਂ ਦੇ ਪ੍ਰੋਗਰਾਮਾਂ ਤੇ ਗੁਰੂ ਘਰਾਂ ਦੇ ਵਿੱਚ ਬਰਤਾਨਵੀ ਪੁਲਿਸ ਅਧਿਕਾਰੀਆਂ ਨੂੰ ਵਿਚਰਨ ਤੋਂ ਰੋਕਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ